ਦਿਨਾਂ ਤੋਂ ਪੇਪਰਾਂ ਦੇ ਵਿੱਚ ਵੀ ਖਬਰਾਂ ਲਵਾ ਦਿੱਤੇ ਨਹੀਂ ਭਾਈ ਉਰੇ ਕੋਈ ਸਿਆਸੀ ਆਗੂ ਨਾ ਪਹੁੰਚੇ ਆਪਦਾ ਮੱਥਾ ਟੇਕਣ ਆਉਣਾ ਜਿਹੜਾ ਮਰਜ਼ੀ ਆ ਜੇ ਪਰ ਇਹਨੇ ਕੀ ਕਰੇ ਸਾਡੀ ਗੱਲ ਦੀ ਗੌਰ ਨਹੀਂ ਕਰੀ ਉਰੇ ਸੁਖਵੀਰ ਬਾਦਲ ਵਾਲੇ ਪਹੁੰਚ ਰਿਹਾ ਉਦੋਂ ਪਹਿਲਾਂ ਦਮਨ ਸਿੰਘ ਬਾਜਵਾ ਵੀ ਉਰੇ ਪਹੁੰਚੀ ਅਤੇ ਸਿੰਗਲਾ ਸਾਹਿਬ ਵੀ ਪਹੁੰਚੇ ਅਤੇ ਸਾਨੂੰ ਜਦੋਂ ਸਟਾਰਟਿੰਗ ਤੋਂ ਚੱਲਿਆ ਗਿਆ ਬੈਰੀਗੇਟਿੰਗ ਇਹਨਾਂ ਨੇ ਕੀਤੀ ਹੋਈ ਸੀ ਕਿਸਾਨਾਂ ਨੇ ਪੂਰੀ ਸ਼ਾਂਤੀ ਦੇ ਨਾਲ ਬੈਰੀਗੇਟਿੰਗ ਨੂੰ ਤੋੜ ਕੇ ਦਮਨ ਸਿੰਘ ਬਾਜਵਾ ਨੂੰ ਅਤੇ ਸਿੰਗਲਾ ਸਾਹਿਬ ਨੂੰ ਉਹਨੂੰ ਭਜਾਇਆ ਬਹੁਤ ਬੁਰੀ ਹਾਲਤ ਦੇ ਨਾਲ ਹੋਰ ਉਹ ਭੱਜੇ ਨੇ ਔਰ ਉਹ ਮੈਨੂੰ ਸੁਣਨ ਵਿੱਚ ਆ ਰਿਹਾ ਵੀ ਉਰੇ ਗੱਲ ਉੱਡ ਰਹੀ ਹੈ ਵੀ ਉਹ ਤਾਂ ਉਰੇ ਮੱਥਾ ਟੇਕਣ ਆਏ ਤੇ ਇਹ ਗੱਲ ਬਿਲਕੁਲ ਉਹਨਾਂ ਦੀ ਝੂਠ ਹੈਗੀ ਉਹ ਆਪਦੀ ਰਾਜਨੀਤੀ ਕਰਨ ਆਏ ਤੇ ਜੇ ਉਹਨਾਂ ਨੇ ਮੱਥਾ ਟੇਕਣ ਆਉਣਾ ਸੀ ਉਰੇ ਉਹ ਸਿੱਧਾ ਗੁਰੂ ਘਰ ਆਉਂਦੇ ਉਹ ਦਾਣਾ ਮੰਡੀ ਵਿੱਚ ਸਟੇਜ ਦੇ ਲਵੇ ਕੀ ਕਰਨ ਗਏ ਤੇ ਅਸੀਂ ਹੁਣ ਦੋ ਤਿੰਨ ਬੈਰੀਗੇਟ ਹੋਰ ਤੋੜ ਕੇ ਗੁਰੂ ਘਰ ਦੇ ਗੇਟ ਅੱਗੇ ਪਹੁੰਚ ਚੁੱਕੇ ਹਾਂਗੇ ਦੇਖੋ ਪਿੱਛੇ ਬੈਰੀਗੇਟਿੰਗ ਕੋਈ ਨਹੀਂ ਹੈਗੀ ਸਾਡੇ ਕਿਸਾਨ ਬਿਲਕੁਲ ਸ਼ਾਂਤਪੂਰਵਕ ਆਪ ਬੈਠੇ ਨੇ ਸਾਨੂੰ ਪਤਾ ਜੇ ਅਸੀਂ ਗੁਰੂ ਘਰ ਦੇ ਅੰਦਰ ਚਲੇ ਜਾਂਦੇ ਹਾਂ ਬੇਸ਼ੱਕ ਅਸੀਂ ਸਰਦਾ ਨਾਲ ਜਾਈਏ ਪਰ ਇਹ ਸਿਆਸੀ ਆਗੂਆਂ ਨੇ ਸਾਡੇ ਉੱਪਰ ਵੱਖ ਵੱਖ ਤਰ੍ਹਾਂ ਦੇ ਦੋਸ਼ ਲਾ ਦੇਣੇ ਨੇ ਬੇਆਦਮੀ ਆਪ ਕਰਦੇ ਨੇ ਅਤੇ ਦੋਸ਼ ਇਹਨਾਂ ਨੇ ਸਾਡੇ ਤੇ ਮੜਦੇ ਨੇ ਸਾਨੂੰ ਪਤਾ ਲੱਗਿਆ ਸੁਖਵੀਰ ਬਾਦਲ ਪਿੱਛੇ ਬੜਬੜ ਦੇ ਲਾਗੇ ਤਾਗੇ ਆ ਚੁੱਕਿਆ ਇਹ ਹੋ ਸਕਦਾ ਉਹਨੂੰ ਵਾਪਸ ਮੁੜ ਜੇ ਪਿੱਛੇ ਉਹ ਪਰ ਜੇ ਉਰੇ ਉਹ ਪਹੁੰਚੂਗਾ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਸਿਆਸੀ ਬੰਦੇ ਨੂੰ ਅਸੀਂ ਉਰੇ ਐਂਟਰੀ ਨਹੀਂ ਕਰਨ ਦੇਵਾਂਗੇ ਅੱਜ ਦੀ ਘਟਨਾ ਜਿਹੜੀ ਆ ਬੜੀ ਪਹਿਲਾਂ ਤਾਂ ਮੈਂ ਅਮਰਸ਼ੀ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਅਸੀਂ ਹਰ ਸਾਲ ਸੰਤ ਹਰਚੰਦ ਸਿੰਘ ਲੌਂਗੋਵਾਲ ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਦੀ ਅਗਵਾਈ ਕੀਤੀ ਧਰਮਯੁੱਧ ਮੋਰਚੇ ਦੀ ਕੀਤੀ ਪਹਿਲਾਂ ਐਮਰਜੈਂਸੀ ਸਮੇਂ ਕੀਤੀ ਉਹਨਾਂ ਨੂੰ ਹਰ ਸਾਲ ਸ਼ਹਾਦਤ 'ਤੇ ਸ਼ਰਧਾਂਜਲੀ ਦੇਣ ਆਉਂਦੇ ਹਾਂ ਅੱਜ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਆਏ ਹਾਂ ਔਰ ਮੈਂ ਆਪਣੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਨੂੰ ਸਤਿਕਾਰ ਭੇਟ ਕਰਦਾ ਮੈਨੂੰ ਅੱਜ ਇਸ ਗੱਲ ਦਾ ਦੁੱਖ ਆ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਦੇਣ ਸਮੇਂ ਗੁਰਦੁਆਰਾ ਕੈਂਬੋਵਾਲ ਦੇ ਗੇਟ 'ਤੇ ਧਰਨਾ ਲਾ ਕੇ ਕਿਸਾਨ ਜਥੇਬੰਦੀਆਂ ਦਾ ਨਾਂ ਵਰਤ ਕੇ ਕੁਛ ਲੋਕਾਂ ਨੇ ਅੰਦਰ ਜਾਣ ਤੋਂ ਸਾਨੂੰ ਰੋਕਿਆ ਜਿਹੜਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਉਚਿਤ ਨਹੀਂ ਹੈ ਅਸੀਂ ਕਿਸਾਨਾਂ ਨਾਲ ਨਾ ਟਕਰਾਅ ਚਾਹੁੰਣਾ ਚਾਹੁੰਦੇ ਹਾਂ ਨਾ ਕਿਸਾਨ ਜਥੇਬੰਦੀਆਂ ਨਾਲ ਟਕਰਾਅ ਚਾਹੁੰਣਾ ਚਾਹੁੰਦੇ ਹਾਂ ਅਸੀਂ ਤਾਂ ਬਲਕਿ ਸਹਿਯੋਗ ਦੇ ਕੇ ਮਿਲਵਰਤਨ ਦੇ ਕੇ ਕਿਸਾਨ ਸੰਘਰਸ਼ ਵਿੱਚ ਹਰ ਵਣ ਦਾ ਹਿੱਸਾ ਪਾਇਆ ਔਰ ਆਪਣੇ ਬਿੱਤ ਅਨੁਸਾਰ ਅਸੀਂ ਯਤਨ ਕੀਤਾ ਕਿ ਕਿਸਾਨ ਸੰਘਰਸ਼ ਨੂੰ ਸਹਿਯੋਗ ਦਿੱਤਾ ਜਾਵੇ ਇਹ ਵੱਖਰੀ ਗੱਲ ਆ ਕਿ ਕੋਈ ਕਿਸੇ ਤਰੀਕੇ ਨਾਲ ਲੜਾਈ ਲੜਦਾ ਕੋਈ ਕਿਸੇ ਤਰੀਕੇ ਨਾਲ ਲੜਾਈ ਲੜਦਾ ਪਰ ਕਿਸਾਨ ਜਥੇਬੰਦੀਆਂ ਦਾ ਨਾਂ ਵਰਤ ਕੇ ਜਿਸ ਤਰ੍ਹਾਂ ਕੁਛ ਲੋਕ ਮਤਲਬ ਅੱਜ ਦੀ ਜਿਸ ਤਰ੍ਹਾਂ ਦੀ ਘਟਨਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਗੇਟ ਵੀ ਬੰਦ ਕੀਤੇ ਨੇ ਉਹ ਬੜੇ ਨਿੰਦਣਯੋਗ ਨੇ ਕਿਉਂਕਿ ਅਕਾਲੀ ਦਲ ਦੀ ਜਥੇਬੰਦੀ ਨਾਲ ਸੰਗਰੂਰ ਦੇ ਜ਼ਿਲ੍ਹੇ ਜਥੇਬੰਦੀ ਨਾਲ ਤੈਅ ਹੋਇਆ ਸੀ ਕਿਸਾਨ ਜਥੇਬੰਦੀਆਂ ਦਾ ਕਿ ਸਿਆਸੀ ਕਾਨਫਰੰਸ ਕਰਨ ਦੀ ਥਾਂ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਆਪਣਾ ਸ਼ਰਧਾਂਜਲੀ ਸਮਾਰੋਹ ਕਰ ਲਓ ਉਹਨਾਂ ਦੇ ਸੁਝਾਅ 'ਤੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਰਧਾਂਜਲੀ ਸਮਾਰੋਹ ਕੀਤਾ ਗਿਆ ਅਤੇ ਫਿਰ ਉੱਥੇ ਵੀ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਣਾ ਅਤੇ ਗੇਟ ਬੰਦ ਕਰਕੇ ਮੂਹਰੇ ਧਰਨਾ ਲਾ ਕੇ ਬੈਠਣਾ ਇਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਮੈਂ ਕਿਸਾਨ ਮੋਰਚੇ ਦੇ ਸਾਰੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਜ਼ਰੂਰ ਅਪੀਲ ਕਰਾਂਗਾ ਪਹਿਲਾਂ ਵੀ ਉਹਨਾਂ ਨੇ ਆਪਣੀ ਸਥਿਤੀ ਸਪਸ਼ਟ ਕੀਤੀ ਸੀ ਹੁਣ ਫੇਰ ਕਹਾਂਗਾ ਕਿ ਉਹ ਆਪਣੇ ਹੇਠਲੇ ਪੱਧਰ ਤੱਕ ਇਸ ਸਥਿਤੀ ਨੂੰ ਸਪਸ਼ਟ ਕਰਨ ਕਿ ਕਿਸੇ ਤਰ੍ਹਾਂ ਦਾ ਉਹਨਾਂ ਦੇ ਨਾਂ ਵਰਤ ਕੇ ਜਿਹੜਾ ਟਕਰਾਅ ਆਪਸੀ ਕਰਾਇਆ ਜਾ ਰਿਹਾ ਇਹ ਸਰਕਾਰ ਦੀ ਸ਼ਹਿ ਹੋ ਸਕਦੀ ਹੈ ਸਰਕਾਰ ਦੀ ਸ਼ਰਾਰਤ ਹੋ ਸਕਦੀ ਆ ਔਰ ਸਰਕਾਰ ਇਹਦੇ 'ਚ ਫਾਇਦਾ ਲੈਣਾ ਚਾਹੁੰਦੀ ਆ ਆਪਸੀ ਖਾਨਾ ਜੰਗੀ ਕਰਾ ਕੇ ਇਹ ਤੋਂ ਬਚਣ ਦੀ ਲੋੜ ਆ ਸੋ ਮੈਂ ਸਮਝਦਾ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹ ਸੂਝਵਾਨ ਨੇ ਉਹਨਾਂ ਨੂੰ ਇਸ ਸੰਜੀਦਗੀ ਤੋਂ ਮਤਲਬ ਜ਼ਰੂਰ ਅਹਿਸਾਸ ਹੋਣਾ ਚਾਹੀਦਾ ਔਰ ਜਿਹੜੇ ਵੀ ਲੋਕ ਉਹਨਾਂ ਦਾ ਨਾਂ ਵਰਤ ਕੇ ਇਸ ਤਰ੍ਹਾਂ ਦੀ ਸ਼ਰਾਰਤ ਕਰਦੇ ਨੇ ਉਹਨਾਂ 'ਤੇ ਐਕਸ਼ਨ ਲੈਣਾ ਚਾਹੀਦਾ ਔਰ ਜੋ ਅੱਜ ਹੋਇਆ ਇਹ ਚੰਗਾ ਨਹੀਂ ਹੋਇਆ ਉਚਿਤ ਨਹੀਂ ਹੋਇਆ ਨਹੀਂ ਸਾਨੂੰ ਕੋਈ ਗੱਡੀ ਸਾਡੀ ਖੜੀ ਆ ਗੱਡੀ ਨਹੀਂ ਕੋਈ ਕਿਸੇ ਤਰ੍ਹਾਂ ਦੀ ਡੈਮੇਜ ਕੋਈ ਨਹੀਂ ਹੋਇਆ ਸਾਨੂੰ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਪਰ ਜ਼ਰੂਰ ਆ ਵੀ ਅੰਦਰ ਜਾਣ ਤੋਂ ਜ਼ਰੂਰ ਰੋਕਦੇ ਰਹੇ ਪਰ ਉਹ ਕਹਿੰਦੇ ਸਿਆਸੀ ਪਾਰਟੀਆਂ ਦਾ ਤੁਸੀਂ ਬਾਈਕਾਟ ਕਰ ਰਹੇ ਕਿਸੇ ਇੱਕ ਪਾਰਟੀ ਦਾ ਨਹੀਂ ਸਾਰੇ ਸਿਆਸੀ ਪਾਰਟੀਆਂ ਦਾ ਪਿੰਡਾਂ ਦਾ ਬਾਈਕਾਟ ਕਰ ਰਹੇ ਜਿਹੜੇ ਗੱਲ ਜਿੱਥੇ ਉਹਨਾਂ ਦਾ ਕੋਈ ਕਿਸਾਨ ਮੋਰਚੇ ਦਾ ਕੋਈ ਪ੍ਰੋਗਰਾਮ ਹੋਵੇ ਉਹ ਅਲੱਗ ਗੱਲ ਆ ਉਹਨਾਂ 'ਤੇ ਅਸੀਂ ਕਿੰਤੂ ਪ੍ਰੰਤੂ ਨਹੀਂ ਕਰਦੇ ਪਰ ਜਿਹੜਾ ਅੱਜ ਦਾ ਸ਼ਰਧਾਂਜਲੀ ਸਮਾਰੋਹ ਸੀ ਇਹ ਤਾਂ ਕਿਸਾਨ ਜਥੇਬੰਦੀਆਂ ਦੇ ਜ਼ਿਲ੍ਹਾ ਯੂਨਿਟ ਨਾਲ ਸਾਡੇ ਨਾਲ ਤੈਅ ਹੋ ਕੇ ਜਾਣੀ ਸਿਆਸੀ ਕਾਨਫਰੰਸਾਂ ਬਦਲ ਕੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸਾਹਿਬ 'ਚ ਰੱਖਿਆ ਸੀ ਉਹਨਾਂ ਦੇ ਸੁਝਾਅ 'ਤੇ ਹੀ ਰੱਖਿਆ ਸੀ ਅਤੇ ਫਿਰ ਮਤਲਬ ਇਸ ਤਰ੍ਹਾਂ ਦਾ ਤੋੜਨਾ ਕੀਤਾ ਸਮਝੌਤਾ ਵੈਸੇ ਹੀ ਗਲਤ ਆ ਪਰ ਗੁਰਦੁਆਰਾ ਸਾਹਿਬ ਦੇ ਗੇਟ ਬੰਦ ਕਰਕੇ ਧਰਨੇ ਲਾਉਣੇ ਵੈਸੇ ਵੀ ਗਲਤ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ 'ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ 'ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ 'ਚ ਲਾਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ
वर्ल्ड फेमस बाबा सलीम खान 21 बार गोल्ड मेडलिस्ट सारिया थामा तो निराश होते मायूस होने वाले एक बार फोन जरूर करो जिवे चाहोगे ओमे होएगा इट्स माय प्रॉमिस इमीडिएटली रिजल्ट ओपन चैलेंज इल्मा दे माहिर ए टू जेड समस्यावां दा फोन ते घर बैठे करवाओ हल वशीकरण ते मुठकरनी लव मैरिज सौतन ते दुश्मन तो छुटकारा पक्का काम पक्का हल 101% गारंटी अष्टाम पेपर समेत सब तो पहला काम करन दा वादा नौकरी प्रमोशन कारोबार च परेशानी घर च झगड़ा कोर्ट केस तलाक प्रॉपर्टी झगड़ा पति पत्नी चनबन जा दुटोना मनमोहनी वशीकरण करवाओ जा तोड़वाओ रुसे नु मनाना हुणे कॉल करो बाबा सलीम खान 98 199 37 400 60